ਜਿਹੜਾ ਦੋਸਤ ਜੀ ਮੇਰਾ ਯੂਟਿਊਬ ਚੈਨਲ ਟਿਕਟੋਕ ਚੈਨਲ ਦੇਖਦੇ ਆ ਉਹਨਾਂ ਸਾਰਿਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ। ਅੱਜ ਵੀ ਗੱਲਾਂ ਮੰਡੀ 'ਚ ਬੋਲੀ ਹੋਈ ਆ, ਲੇਕਿਨ ਕਪਾਹ ਸਰੀਰ ਮੰਦੇ ਦਾ ਸ਼ਿਕਾਰ ਆ। 5,000 ਤੋਂ ਲੈ ਕੇ ਤਕਰੀਬਨ ਦਰਮਿਆਨੇ ਮਾਲ ਟਾਪ ਮਾਲ ਵਿਕਿਆ ਵਾ 75,600-77,000। ਗਾਹਕੀ ਵੀ ਅੱਜ ਵੀ ਬਸ ਕਮਜ਼ੋਰ ਸੀਗੀ, ਇਸ ਵਜ੍ਹਾ ਤੋਂ ਗਾਹਕੀ ਨਹੀਂ ਹੋ ਰਹੀ ਮੰਡੀ ਕਪਾਸ ਮਾਚਾ ਦਾ ਭਰੀ ਪਈ ਆ, ਲੇਕਿਨ ਗਾਹਕ ਨਹੀਂ ਕੋਈ ਲੈਣ ਵਾਲਾ। ਡਾਲਰ ਦੀ ਵਜ੍ਹਾ ਨਾਲ ਮਜ਼ੀਦ ਮੈਂ ਦੱਸ ਰਿਹਾ, ਰੂਈ 'ਚ ਵੀ ਕਾਫੀ ਮੰਦਾ, ਜਿਹਦੀ ਵਜ੍ਹਾ ਨਾਲ ਜਿੰਦਰ ਭਾਈ ਵੀ ਕਪਾਸ ਨਹੀਂ ਖਰੀਦਦਾਰੀ ਕਰ ਰਿਹਾ। ਦੇਖੋ ਹੁਣ ਰੂਈ ਕਿਸ ਤੱਕ ਜਾਂਦੀ ਆ, ਡਾਲਰ ਦੀ ਕਮਿਊਨੀਕੇਸ਼ਨ ਨਾਲ ਰੂਮ ਵੀ ਕਾਫੀ ਮੰਦਾ ਹੋ ਗਿਆ ਵਾ, ਇਸ ਵਜ੍ਹਾ ਤੋਂ ਨਾ ਖਾਮੋਸ਼ੀ ਹੋ ਗਈ ਆ। ₹45,000 ਐਸਐਨ ਕਾਰਪੋਰੇਸ਼ਨ।